इस बार ये सोच बनी हुई सी कि कोई एजुकेशन मिनिस्टर जिहड़ा आ वो नहीं जितता। आम आदमी पार्टी ने एक वड्डी जित हासिल की है ना, इस बारे थोड़ा की कहना है? उन्होंने भी बहुत गरंटियां दित्तियां, बहुत कमिटमेंट्स दित्तियां, सो आने वाला समा जिहड़ा दसूगा कि हाँ भी वो डिलीवर किवें होगा। सिद्धू और चन्नी दी आपसी जिहड़ी जिहड़ी खिटपिट हुंदी सीगी, इहदा इफेक्ट इस वोटां ते पिया? ये भी वन ऑफ द रीजन हैगा, एक कारण हैगा। सत श्री अकाल, तुसीं देख रहे हो दैनिक सवेरा टीवी ते मैं अपनीत भाटिया। असीं अज पहुंचे हाँ कैबिनेट मंत्री प्रगट सिंह दे घर, जिन्होंने हाल ही दे विच कांग्रेस पार्टी दी जी सीट जीती है, हाल ही दे विच उन्होंने जित हासिल की है। तो सब तो पहला सर स्वागत है तुहाडा दैनिक सवेरा दे विच। थैंक यू जी, एंड बहुत ज़्यादा कंग्रेचुलेशन, वधाइयां तुहानूं इस जित लई। थैंक यू जी। और की कहना चाहोगे इस जित बारे? ਅਤੇ ਦੇਖੋ, ਇਹ ਤਾਂ ਲੋਕਾਂ ਦਾ ਮੈਂਡੇਟ ਹੈਗਾ, ਜੋ ਵੀ ਲੋਕ ਸੋਚਦੇ ਆ ਕਲੈਕਟਿਵਲੀ। ਮੰਨ ਲਓ ਸਪੋਜ਼ ਮੇਰੇ ਹਲਕੇ 'ਚ 200,000 ਵੋਟਰ ਹੈ, ਅਤੇ ਉਹਦੇ ਵਿੱਚੋਂ ਜੋ ਮੈਜੋਰਿਟੀ ਲੋਕ ਸੋਚਦੇ ਹੈਗੇ ਆ ਤਾਂ ਹੀ ਵੋਟ ਕਰਦੇ ਹੈਗੇ ਆ। ਸੋ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਜੋ ਪੁਰਾਣੀਆਂ ਗਲਤੀਆਂ ਹੈਗੀਆਂ ਜੋ ਹੋਰ ਬੈਟਰ ਕੀਤਾ ਜਾ ਸਕਦਾ, ਕਿਉਂਕਿ ਇਹੀ ਇਨਸਾਨੀ ਫਿਤਰਤ ਹੈਗੀ ਆ, ਇਹੀ ਮੈਨੂੰ ਲੱਗਦਾ ਸਾਨੂੰ ਕਰਨਾ ਚਾਹੀਦਾ। ਸੋ ਮੈਂ ਤਾਂ ਸਾਰਿਆਂ ਦਾ ਧੰਨਵਾਦ ਵੀ ਕਰਦਾ, ਮੀਡੀਆ ਦਾ ਵੀ ਧੰਨਵਾਦ ਕਰਦਾ, ਮੇਰੇ ਕ੍ਰਿਟਿਕਸ ਦਾ ਬਹੁਤ ਧੰਨਵਾਦ ਕਰਦਾ, ਕਿਉਂਕਿ ਜਿਸ ਬੰਦੇ ਦੇ ਕ੍ਰਿਟਿਕਸ ਨਹੀਂ ਹੁੰਦੇ ਉਹ ਬੰਦੇ ਨੂੰ ਵੀ ਆਪਣੀਆਂ ਕਮਜ਼ੋਰੀਆਂ ਦਾ, ਆਪਣੀਆਂ ਗਲਤੀਆਂ ਦਾ ਪਤਾ ਨਹੀਂ ਲੱਗਦਾ। ਸੋ ਇਸ ਕਰਕੇ ਮੈਂ ਤਾਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਹਮੇਸ਼ਾ ਔਨ ਟੋਜ਼ ਰੱਖਿਆ, ਮੈਂ ਅਪਡੇਟ ਹੁੰਦਾ ਰਿਹਾ, ਅਤੇ ਉਹਦੇ ਕਰਕੇ ਜਿਹੜੀ ਇਹ ਅੱਜ ਜਿੱਤ ਹੋਈ ਆ। ਲੇਕਿਨ ਪਿਛਲੀ ਵਾਰੀ ਇਲੈਕਸ਼ਨ ਤੋਂ ਪਹਿਲਾਂ ਇਹ ਸੋਚ ਬਣੀ ਹੋਈ ਸੀ ਕਿ ਹਾਂ ਵੀ ਛਾਉਣੀ ਤੋਂ ਕੋਈ ਦੂਸਰੀ ਵਾਰ ਨਹੀਂ ਜਿੱਤਿਆ। ਇਸ ਵਾਰੀ ਇਹ ਸੋਚ ਬਣੀ ਹੋਈ ਸੀ ਵੀ ਕੋਈ ਐਜੂਕੇਸ਼ਨ ਮਿਨਿਸਟਰ ਜਿਹੜਾ ਆ ਉਹ ਨਹੀਂ ਜਿੱਤਦਾ। ਸੋ ਇਸ ਵਾਰੀ, ਇਸ ਕਰਕੇ ਤੀਜੀ ਵਾਰੀ ਵੀ ਹੈਗਾ ਆ, ਐਜੂਕੇਸ਼ਨ ਮਿਨਿਸਟਰ ਵੀ ਹੈਗਾ। ਸੋ ਮੈਂ ਹਮੇਸ਼ਾ ਜ਼ਿੰਦਗੀ ਦੇ ਵਿੱਚ ਰਿਕਾਰਡ ਬਣਾਏ ਤੋੜੇ ਆ, ਤੋੜੇ ਹੋਏ ਬਣਾਏ ਆ। ਸੋ ਮੈਨੂੰ ਲੱਗਦਾ ਕਿ ਤੁਹਾਨੂੰ ਸਿੰਸੀਅਰਲੀ ਕੰਮ ਕਰਨਾ ਚਾਹੀਦਾ, ਤੁਹਾਨੂੰ ਕਰਮ ਕਰਨਾ ਚਾਹੀਦਾ, ਬਾਕੀ ਜਿਹੜਾ ਆ ਉਹ ਡੈਸਟਨੀ 'ਤੇ ਛੱਡ ਦੇਣਾ ਚਾਹੀਦਾ। ਆਮ ਆਦਮੀ ਪਾਰਟੀ ਨੇ ਇੱਕ ਵੱਡੀ ਜਿੱਤ ਹਾਸਿਲ ਕੀਤੀ ਹੈ ਨਾ, ਇਸ ਬਾਰੇ ਤੁਹਾਡਾ ਕੀ ਕਹਿਣਾ? ਨਹੀਂ ਦੇਖੋ, ਲੋਕਾਂ ਦਾ ਮਨ ਬਣਿਆ ਹੋਇਆ ਸੀ, ਲੋਕਾਂ ਦਾ ਮਨ, ਕਈ ਰੀਜ਼ਨ ਆ ਉਹਦੇ ਕਿ ਬਹੁਤੇ ਪੋਲੀਟੀਸ਼ੀਅਨ ਜੋ ਹੈ ਉਹ ਕਹਿ ਦਿੰਦੇ ਆ ਡਿਲੀਵਰ ਨਹੀਂ ਕਰਦੇ। ਉਹਦੇ ਵਿੱਚ ਜਦੋਂ ਅਸੀਂ ਬਹੁਤ ਜ਼ਿਆਦਾ ਪਹਿਲਾਂ ਕਮਿਟਮੈਂਟਸ ਕਰ ਲੈਂਦੇ ਹਾਂ ਕਿ ਅਸੀਂ ਤੁਹਾਨੂੰ ਆਹ ਵੀ ਫ੍ਰੀ ਦੇਵਾਂਗੇ, ਆਹ ਵੀ ਫ੍ਰੀ ਦੇਵਾਂਗੇ, ਆਹ ਵੀ ਫ੍ਰੀ ਦੇਵਾਂਗੇ, ਲੇਕਿਨ ਉਹ ਦਿੱਤਾ ਨਹੀਂ ਜਾ ਸਕਦਾ, ਅਤੇ ਉਹ ਹੌਲੀ ਹੌਲੀ ਫਿਰ ਉਹਦੇ ਜਿਹੜੇ ਆ ਨੈਗੇਟਿਵਿਟੀ ਜਿਹੜੀ ਆਉਣੀ ਸ਼ੁਰੂ ਹੋ ਜਾਂਦੀ ਆ। ਅੱਛਾ, ਆਮ ਆਦਮੀ ਪਾਰਟੀ ਨੂੰ ਮੈਂ ਮੁਬਾਰਕਬਾਦ ਦਿੰਦਾ, ਔਰ ਉਹਨਾਂ ਨੇ ਵੀ ਬਹੁਤ ਗਰੰਟੀਆਂ ਦਿੱਤੀਆਂ, ਬਹੁਤ ਕਮਿਟਮੈਂਟਸ ਦਿੱਤੀਆਂ। ਸੋ ਆਉਣ ਵਾਲਾ ਸਮਾਂ ਜਿਹੜਾ ਦੱਸੂਗਾ ਕਿ ਹਾਂ ਵੀ ਉਹ ਡਿਲੀਵਰ ਕਿਵੇਂ ਹੋਊਗਾ, ਪਰ ਮੈਂ ਤਾਂ ਬੈਸਟ ਵਿਸ਼ਸ ਦਿੰਦਾ ਕਿ ਤੁਸੀਂ ਚੰਗਾ ਕੰਮ ਕਰੋ, ਪੰਜਾਬ ਦੀ ਬਿਹਤਰੀ ਲਈ ਕੰਮ ਕਰੋ। ਸਰ, ਤੁਹਾਨੂੰ ਨਹੀਂ ਲੱਗਦਾ ਕਿ ਸਿੱਧੂ ਔਰ ਚੰਨੀ ਦੀ ਆਪਸੀ ਜਿਹੜੀ ਜਿਹੜੀ ਖਿੱਟਪਿੱਟ ਹੁੰਦੀ ਸੀਗੀ ਇਹਦਾ ਇਫੈਕਟ ਇਸ ਵੋਟਾਂ 'ਤੇ ਪਿਆ? ਦੇਖੋ, ਇਹ ਵੀ ਵਨ ਆਫ ਦਾ ਰੀਜ਼ਨ ਹੈਗਾ ਆ, ਇੱਕ ਕਾਰਨ ਹੈਗਾ, ਬਟ ਉਹ ਹਰ ਸਾਰਾ ਹੀ ਨਹੀਂ ਇਹ ਹੈਗਾ। ਸੋ ਦੇਰ ਆਰ ਨੰਬਰ ਆਫ ਰੀਜ਼ਨਸ, ਪਰ ਅਸੀਂ ਉਹ ਪਾਰਟੀ ਪਲੇਟਫਾਰਮ 'ਤੇ ਡਿਸਕਸ ਕਰਾਂਗੇ, ਡਿਸਕਸ ਕਰਕੇ ਤਾਂ ਜੋ ਜੋ ਵੀ ਉਹਦੇ 'ਚੋਂ ਮਤਲਬ ਠੀਕ ਨਿਕਲ ਸਕਦਾ ਉਹਨੂੰ ਹੋਰ ਬਿਹਤਰ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਕਿ ਜ਼ਿਆਦਾਤਰ ਸੀਟਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਲੈ ਕੇ ਗਈ ਹੈ, ਔਰ ਤੁਸੀਂ ਇਹ ਸੀਟ ਜਿੱਤੇ ਹੋ ਇੱਥੇ, ਔਰ ਕੀ ਲੱਗਦਾ ਹੈ ਕਿ ਤੁਹਾਡਾ ਜੋ ਭਗਵੰਤ ਮਾਨ ਹੈ ਚੰਗਾ ਮਿੱਤਰ ਵੀ ਹੈ, ਦੋਸਤ ਵੀ ਹੈ ਨਾ, ਕੀ ਲੱਗਦਾ ਹੈ ਕਿ ਜੋ ਜੋ ਚੇਂਜਿਸ ਤੁਸੀਂ ਵਾਅਦੇ ਕੀਤੇ ਆ ਇੱਥੇ ਦੇ ਲੋਕਾਂ ਦੇ ਨਾਲ, ਤੁਸੀਂ ਪੂਰੇ ਕਰ ਪਾਓਗੇ ਜਾਂ ਫਿਰ ਕੋਈ ਦਿੱਕਤਾਂ ਦਾ ਸਾਹਮਣਾ ਕਰੋਗੇ? ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ, ਇਹ ਮੇਰਾ ਹਲਕਾ ਵੀ ਪੰਜਾਬ ਦਾ ਹੀ ਹਿੱਸਾ ਆ, ਸੋ ਇਹਦਾ ਵੀ ਜਿਹੜਾ ਬਣਦਾ ਹਿੱਸਾ ਆ ਮੈਂ ਲੈ ਕੇ ਆਊਂਗਾ, ਜੋ ਜੋ ਵੀ ਅਸੀਂ ਆਪਣੇ ਹਲਕੇ ਲਈ, ਕਿਉਂਕਿ ਕੁਛ ਤਾਂ ਪ੍ਰੋਜੈਕਟ ਔਨ ਗੋਇੰਗ ਹੈਗੇ ਆ। ਸੋ ਮੈਨੂੰ ਨਹੀਂ ਲੱਗਦਾ ਕਿ ਉਹਦੇ ਵਿੱਚ ਕੋਈ ਪ੍ਰੋਬਲਮ ਹੋਊਗੀ, ਕਿਉਂਕਿ ਆਲਰੇਡੀ ਸੈਂਕਸ਼ਨਡ ਪ੍ਰੋਜੈਕਟ ਹੈਗੇ ਆ। ਸੋ ਕੁਛ ਜਿਹੜੇ ਨਵੇਂ ਵੀ ਹੈਗੇ ਉਹ ਵੀ ਡੈਫੀਨੇਟਲੀ ਕੋਸ਼ਿਸ਼ ਕਰਾਂਗੇ ਤਾਂ ਕਿ ਜਿਹੜੀ ਡਿਵੈਲਪਮੈਂਟ ਹੋਣੀ ਆ ਉਹ ਤਾਂ ਪੰਜਾਬ ਦੀ ਹੋਣੀ ਆ। ਨਵਜੋਤ ਸਿੰਘ ਸਿੱਧੂ ਦੇ ਵਾਈਫ ਨੇ ਕਿਹਾ ਸੀਗਾ ਕਿ ਜਦੋਂ ਜੋ ਸਿੱਧੂ ਜਦੋਂ ਜਿੱਤਣਗੇ ਤਾਂ ਕਾਫੀ ਚੇਂਜ, ਵੱਡਾ ਲੈਵਲ 'ਤੇ ਚੇਂਜ ਆਏਗਾ, ਅਗਰ ਉਹ ਨਹੀਂ ਜਿੱਤਦੇ ਤਾਂ ਵਾਪਸੀ ਉਹ ਫਿਰ ਉਸੇ ਹੀ ਕੰਮਾਂ ਕਾਜਾਂ ਦੇ ਵਿੱਚ ਜੁੱਟ ਜਾਣਗੇ ਜੋ ਪਹਿਲਾਂ ਕਰਦੇ ਸੀ। ਇਸ ਬਾਰੇ ਤੁਹਾਡਾ ਕੀ ਕਹਿਣਾ? ਨਹੀਂ ਦੇਖੋ, ਇਹ ਨਾ ਉਹਦਾ ਪ੍ਰੋਫੈਸ਼ਨਲ ਅਤੇ ਪਰਸਨਲ, ਮੈਨੂੰ ਲੱਗਦਾ ਕਿ ਇਹਦੇ 'ਤੇ ਮੈਨੂੰ ਕਮੈਂਟ ਕਰਨਾ ਨਹੀਂ ਬਣਦਾ ਹੈਗਾ। ਉਹ ਤਾਂ ਉਹਨਾਂ ਦੀ ਜੋ ਸੋਚ ਹੈਗੀ ਆ, ਜੋ ਉਹ ਸਮਝਦੇ ਹੈਗੇ ਆ, ਕਿਉਂਕਿ ਮੇਰੇ ਤਾਂ ਵੱਡੇ ਭਰਾ ਵੀ ਹੈਗੇ ਆ। ਸੋ ਮੈਨੂੰ ਲੱਗਦਾ ਕਿ ਉਸ ਮੁਤਾਬਕ ਉਹ ਐਕਟ ਕਰਨਗੇ, ਕਿਉਂਕਿ ਹਰ ਬੰਦੇ ਨੇ ਆਪਣੇ ਮੁਤਾਬਕ ਡਿਸੀਜਨ ਲੈਣਾ ਹੁੰਦਾ। ਕੀ ਲੱਗਦਾ ਜੋ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਨੇ
ਉਹ ਕਿੰਨਾ ਕੁ ਖਰਾ ਉਤਰਨਗੇ ਆਪਣੇ ਕੀਤੇ ਹੋਏ ਵਾਅਦਿਆਂ ਤੇ, ਤੁਹਾਡਾ ਕੀ ਕਹਿਣਾ ਹੈ? ਹਜੇ ਤਾਂ ਉਹਨਾਂ ਨੂੰ ਕੰਮ ਕਰਨ ਦਈਏ ਜੀ, ਸੋ ਆਉਣ ਵਾਲਾ ਸਮਾਂ ਜਿਹੜਾ ਆ ਉਹਦੇ ਮੁਤਾਬਕ ਦੱਸਾਂਗੇ ਜਾਂ ਉਹ ਬੇਸਿਕਲੀ ਮੈਨੂੰ ਤਾਂ ਹੋਪ ਆ ਕਿ ਉਹ ਡਿਲੀਵਰ ਕਰਨਗੇ ਔਰ ਕਰਨੇ ਚਾਹੀਦੇ ਆ ਜੀ। ਓਕੇ, ਥੈਂਕ ਯੂ ਸਰ। ਥੈਂਕ ਯੂ ਜੀ। ਸੋ ਇਹ ਸਨ ਸਾਡੇ ਨਾਲ ਪ੍ਰਗਟ ਸਿੰਘ ਜੀ, ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਜਿੱਤ ਹਾਸਿਲ ਕੀਤੀ, ਔਰ ਉਹਨਾਂ ਦਾ ਕਹਿਣਾ ਹੈ ਕਿ ਦੇਖਣਾ ਹੋਏਗਾ ਕਿ ਆਪ ਸਰਕਾਰ ਆਉਣ ਵਾਲੇ ਸਮੇਂ 'ਚ ਜੋ ਕਿਹਾ ਹੈ ਉਹ ਕਰਦੀ ਹੈ ਜਾਂ ਨਹੀਂ ਕਰਦੀ। ਇਹ ਸਭ ਜਾਣਨ ਦੇ ਲਈ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ। ਆਲ ਵਰਲਡ ਓਪਨ ਚੈਲੇਂਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ, ਮੌਲਵੀ, ਬੇਗਮ, ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।